ਮੇਰਾ ਨਾਮ ਗੁਰਾ ਸਿੰਘ ਹੈ। ਮੈਂ ਗੁਰਦੁਆਰਾ ਸਿੰਘ ਜੁਆਇਨ ਕਰ ਰਿਹਾ ਗ੍ਰਾਮ ਪੰਚਾਇਤ ਮੋਬਾਈਲ ਦੇ 2015 ਤੋਂ ਲੈ ਕੇ ਜੋ ਘਟਨਾ ਹੋਈ ਹੈ ਉਹਦੇ ਵਿੱਚ ਸਾਨੂੰ 3 ਸਾਲ ਬਹੁਤ ਤੌਰਚ ਕੀਤਾ ਗਿਆ ਮਾਨਸਿਕ ਸਰੀਰਕ ਜਿਹਦਾ ਹੁਣ ਸਾਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੈ। ਤੋ ਜੋ ਕੱਲ੍ਹ ਜੋਰਾ ਸਿੰਘ ਨੇ ਸ਼ਰੇਆਮ ਬੋਲਿਆ ਇਹਨਾਂ ਨੂੰ ਟਾਰਚ ਨਹੀਂ ਕੀਤਾ ਗਿਆ, ਇਹਨਾਂ ਨੂੰ ਜੋ ਕੁੰਡਿਆ ਮਾਰਿਆ ਨਹੀਂ ਗਿਆ, ਇਹਨਾਂ ਨੂੰ ਪੁੱਛਗਿੱਛ ਨਹੀਂ ਹੋਈ। ਮੈਂ 2 ਵਾਰੀ ਗੁਜਰਾਤ ਜਾ ਕੇ ਆਇਆ ਜੀ ਟੈਸਟ ਨਾਰਕੋ ਟੈਸਟ ਵਾਸਤੇ, ਮੈਨੂੰ ਪੁਲਿਸ ਨੇ ਜੋ ਗੁਰਦੇਵ ਸਿੰਘ ਵਾਲੇ ਹਾਂਜੀ ਉਸ ਤੋਂ ਬਾਅਦ CBI ਸਾਨੂੰ ਦਿੱਲੀ ਲੈ ਕੇ ਗਏ ਆ ਜੀ ਸੱਚ ਨੂੰ ਸਾਰਾ ਟੈਸਟ ਹੁੰਦਾ ਉਹ ਮੈਂ ਤੇ ਮੇਰੀ ਸਿੰਗਲੀ ਕਰਾ ਕੇ ਆਏ ਹਾਂ ਤੇ ਗੁਰਮੁਖ ਸਿੰਘ ਸਾਡੇ ਨਾਲ ਗਏ ਆ ਜੀ, 5 ਜਣੇ ਉਹ ਟੈਸਟ ਕਰਾ ਕੇ ਆਏ ਅਸੀਂ। ਉਸ ਤੋਂ ਬਾਅਦ ਜੀ ਜਿਹੜਾ ਸਾਰੀ ਸਾਡੇ ਤੇ ਕਾਰਵਾਈ ਹੋਈ ਹੈ, ਕਿਸੇ ਨੂੰ ਪੁੱਛਿਆ ਨਹੀਂ ਗਿਆ, ਉੱਥੇ ਮੇਰੀ ਸਿੰਗਲੀ ਸਿੱਧੀ ਉਹਨੂੰ ਕਰੰਟ ਲਾਏ ਗਏ ਆ। ਕੀ ਨਾਮ? ਸਵਰਨਜੀਤ ਕੌਰ ਜੀ। ਹੁਣ ਵੀ ਮੈਂ ਸਿੱਧਾ ਹਸਪਤਾਲ ਚੋਂ ਆਇਆ ਜੀ, ਆਹ ਵੀਰ ਮੈਨੂੰ ਲੈ ਕੇ ਆਏ ਨੇ, ਉਹਨਾਂ ਨੂੰ ਦਵਾਈ ਦਵਾ ਕੇ ਫੇਰ ਮੈਂ ਇਹਦੇ ਘਰ ਨੂੰ ਆਇਆ। ਤੁਹਾਡਾ ਹੱਥ ਆ, ਤੁਸੀਂ ਦੱਸੋ ਮੈਨੂੰ ਪਤਾ ਕਿਹਨੇ ਕੀਤਾ, ਜਾਂ ਤੁਸੀਂ ਕਰਾਇਆ, ਤੁਸੀਂ ਰਲੇ ਹੋਏ ਕਿਸੇ ਨਾਲ, ਜਾਂ ਤੁਹਾਨੂੰ ਪਤਾ ਸਾਰਾ ਕੁਝ। ਮੇਰੀ ਸਿੰਗਲੀ ਨੂੰ ਵੀ ਕਰੰਟ ਲਾਇਆ ਗਿਆ ਜੀ ਵਾਰ ਵਾਰ, ਉਹਨਾਂ ਨੂੰ ਮੈਨੂੰ ਵਰਤ ਰੱਖੀ ਗਈ, ਉੱਤੇ ਮੂੰਹ ਤੇ ਪਾਣੀ ਪਾਉਣ ਤਸੀਹੇ ਬਹੁਤ ਦਿੱਤੇ ਗਏ ਜੀ, ਤੇ ਇਸ ਕਰਕੇ ਵੀ ਅਸੀਂ ਤਾਂ ਟੈਸਟ ਨੂੰ ਵੀ ਹਾਂ ਕਰਦੇ ਸੀ। ਪਾਣੀ ਮੂੰਹ ਚ ਪਾਇਆ ਗਰਮ? ਹਾਂਜੀ, ਨਹੀਂ ਉੱਤੇ ਵਰਤ ਰੱਖੇ ਜੀ ਸਰੀਰ ਦੇ ਉੱਪਰ। ਹਾਂਜੀ, ਗਰਮ ਗਿਆ ਸੀ, ਉਹਦਾ ਸਾਹ ਨਹੀਂ ਹੁੰਦਾ ਜੀ, ਪੇਟ ਭਰ ਜਾਂਦਾ ਪਾਣੀ ਨਾਲ। ਜਿਹਨਾਂ ਦਾ ਬਾਅਦ ਵੀ ਪਤਾ ਲੱਗਿਆ ਇਹਨਾਂ ਦਾ ਕਸੂਰ ਕੋਈ ਨਹੀਂ, ਉਹਨਾਂ ਨੂੰ ਕਿਸ ਤਰ੍ਹਾਂ ਨਿਆਂ ਮਿਲਣਾ ਚਾਹੀਦਾ? ਕੋਈ ਹਿਊਮਨ ਰਾਈਟ ਕਿਸੇ ਪਾਸੇ ਕਿਉਂਕਿ ਮੈਨੂੰ ਸਨਕਦੀਪ ਨੇ ਕੱਲ ਕਿਹਾ ਕਿ ਜਿਹਨੇ ਗ੍ਰੰਥੀ ਸਾਹਿਬ ਨੂੰ ਪੁੱਟਿਆ ਗਿਆ ਸੀਗਾ, ਜੋਰਾ ਸਿੰਘ ਕਹਿੰਦਾ ਵਾ ਕਿ ਕੋਈ ਪੁੱਛਿਆ ਨੀ ਗਿਆ, ਇਹ ਤਾਂ ਵਿਚਾਰੇ ਨੇ ਚੱਡੇ ਪਾੜ ਦਿੱਤੇ ਗਏ। ਦੈਨ ਵੀ ਥੋਟ ਕਿ ਅਸੀਂ, ਮੈਂ ਵਾਜ਼ ਹੇਅਰ ਇਨ ਮਾਈ ਕੋਨਸਟੀਚੁਐਂਸੀ, ਮੈਂ ਸੋਚਿਆ ਕਿ ਮੈਂ ਐਟਲੀਸਟ ਪ੍ਰੈਸ ਨੂੰ ਤੇ ਲੋਕਾਂ ਨੂੰ ਸੱਚਾਈ ਤਾਂ ਪਤਾ ਲੱਗਣੀ ਚਾਹੀਦੀ ਹੈ। ਇਹਨਾਂ ਬਾਰੇ ਮੈਨੂੰ ਘੱਟ ਇਲਮ ਸੀਗਾ, ਲੇਕਿਨ ਮੈਂ ਰੁਪਿੰਦਰ ਨੂੰ ਤੇ ਉਹਦਾ ਭਰਾ ਜਸਵਿੰਦਰ, ਉਹਨਾਂ ਦੇ ਕੋਲ ਪ੍ਰੋਬੇਬਲੀ ਮੈਡੀਕਲ ਰਿਪੋਰਟਸ ਵੀ ਆ, ਉਹਨਾਂ ਦੇ ਨਾਲ ਬਹੁਤ ਜ਼ਿਆਦਾ ਟੋਰਚਰ ਹੋਇਆ ਸੀਗਾ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਓ, ਤੁਹਾਨੂੰ ਮੈਂ DGP ਲੈ ਕੇ ਚੱਲੂਗਾ, ਮੈਂ ਲੀਡਰ ਆਫ ਆਪੋਜੀਸ਼ਨ ਸੀ ਸ਼ਾਇਦ ਉਸ ਵੇਲੇ, ਮੈਂ ਉਹਨਾਂ ਨੂੰ ਆਪ ਲੈ ਕੇ ਚੱਲੂਗਾ ਤੇ ਮੈਂ FIR ਦਰਜ ਕਰਾਊਂਗਾ ਪੁਲਿਸ ਵਾਲਿਆਂ ਤੇ ਨਾਲ ਸੁਖਬੀਰ ਤੇ ਵੀ ਹੋਣੀ ਚਾਹੀਦੀ, ਬਿਕੋਜ਼ ਉਹਨੇ ਉਦੋਂ ਬਿਆਨ ਦਿੱਤਾ ਸੀ ਪੁਲਿਸ ਹੈੱਡਕੁਆਰਟਰ ਬਹਿ ਕੇ DGP ਦੇ ਨਾਲ ਕਿ ਟੋਟਲ ਬੇਅਦਬੀ ਦੇ ਆਹ ਦੋ ਅੰਮ੍ਰਿਤਧਾਰੀ ਜਿਹੜੇ ਸਿੱਖ ਭਰਾ ਨੇ ਇਹ ਜ਼ਿੰਮੇਵਾਰ ਨੇ, ਜਿਹੜੇ ਜਸਵਿੰਦਰ ਤੇ ਰੁਪਿੰਦਰ ਸੀਗੇ, ਤੇ ਉਸ ਤੋਂ ਬਾਅਦ ਇਹ ਨਾਡਾ ਸਾਹਿਬ ਮੱਥਾ ਵੀ ਟੇਕਣ ਗਏ ਨੇ। ਸੋ FIR ਸ਼ੁੱਡ ਬੀ ਅਗੇਂਸਟ ਸੁਖਬੀਰ, ਬਿਕੋਜ਼ ਇਹ ਜਿਹੜਾ ਸਾਰਾ ਟੋਰਚਰ ਹੋਇਆ ਇਹਨਾਂ ਲੋਕਾਂ ਦੇ ਨਾਲ, ਅਲਟੀਮੇਟਲੀ ਹੁੰਦਾ ਤਾਂ ਦੇਖੋ ਜੀ ਪੁਲਿਸ ਦੇ ਸਭ ਕੁਝ, ਉਸ ਵਕਤ ਹੋਮ ਮਿਨਿਸਟਰ ਸੀ ਸੁਖਬੀਰ ਬਾਦਲ, ਵੱਢ ਕੇ ਬਣਾ ਦੀ ਸ਼ਾਇਦ ਲਾਈਵ ਹੀ ਚੱਲ ਰਹੀ ਸੀਗੀ, ਲਾਈਵ ਚੱਲ ਰਹੀ ਸੀ, ਝੂਠ ਬੋਲ ਰਿਹਾ, ਮੇਰੇ ਕੋਲ ਰਿਕਾਰਡਿੰਗ ਵੀ ਹੋਊਗੀ ਸ਼ਾਇਦ, ਉਹ ਕਹਿ ਰਿਹਾ ਵੀ ਕੱਟ ਕੇ ਸੀਗਾ, ਕਹਿੰਦਾ ਕੱਟ ਕੇ ਬਣਾਈ ਆ ਵੀਡੀਓ ਉਹ, ਪਰ ਉਹ ਲਾਈਵ ਚੱਲ ਰਹੀ ਸੀ। ਤੁਸੀਂ ਆਪਣੀ ਇਸ ਚੀਜ਼ ਦੀ ਕਿਤੇ ਕੰਪਲੇਂਟ ਕੀਤੀ ਹੋਈ ਆ ਜੋ ਤੁਹਾਡੇ ਨਾਲ ਟੋਰਚਰ ਹੋਇਆ, ਕਿਸੇ ਚੀਜ਼ ਇਸ ਬਾਰੇ ਕਿਤੇ ਕੰਪਲੇਂਟ ਕੀਤੀ ਹੈ? ਸੁਣੀ ਸੀ ਕਿਸੇ ਨੇ? ਨਹੀਂ, ਜਸਟਿਸ ਰਣਜੀਤ ਸਿੰਘ ਅੱਗੇ ਕੀਤੀ ਹੈ? ਦੇਖੋ ਜੀ ਸਾਡੇ ਨਾਲ ਤਾਂ ਸੁਣੀ, ਸਾਡੀ ਤਾਂ ਸੁਣੀ ਕਿਸੇ ਨੇ, ਮੈਂ ਤਾਂ ਪਹਿਲੀ ਵਾਰ ਆ ਸਾਰਾ ਕੁਝ ਦੇਖਿਆ, ਮੈਂ ਤਾਂ ਮੀਡੀਆ ਦੇ ਸਾਹਮਣੇ ਆਇਆ,
ਨਹੀਂ ਤਾਂ ਸਾਨੂੰ ਤਾਂ ਦਵਾਈ ਰੱਖਿਆ ਹੁਣ ਤੀਕ ਸਾਨੂੰ ਕਿਸੇ ਦੇ ਸਾਹਮਣੇ ਨਹੀਂ ਆਉਣ ਦਿੱਤਾ ਗਿਆ। ਜਿਹੜਾ ਤੁਹਾਡੇ ਨਾਲ ਸਾਰਾ ਧੱਕਾ ਹੋਇਆ ਤੁਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨਰ ਉਹਨਾਂ ਨੂੰ ਦੱਸਿਆ ਜੀ ਅਸੀਂ ਉਹਨਾਂ ਨੂੰ ਸਾਰਾ ਹਾਲਾਂਕਿ ਸਾਨੂੰ ਇਹਨਾਂ ਨੇ ਜੋਰਾ ਸਿੰਘ ਨੇ ਦੋ ਸਵਾਲ ਪੁੱਛੇ ਆ ਉਹਨਾਂ ਨੇ ਤਿੰਨ ਢਾਈ ਘੰਟੇ ਪੁੱਛਗਿੱਛ ਕੀਤੀ ਹੈ ਇਸ ਵਿਸ਼ੇ ਤੇ ਅੱਜ ਸਾਰਾ ਕੁਝ ਦੱਸਿਆ ਉਹਨਾਂ ਨੇ ਇਹਨਾਂ ਨੇ ਦੋ ਸਵਾਲ ਪੁੱਛੇ ਆ ਉਹ ਵੀ ਤੁਹਾਨੂੰ ਰਾਜਨੀਤਿਕ ਬੰਦਿਆਂ ਦੇ ਸ਼ੱਕ ਹੋ ਗਏ ਆਹੀ ਸਵਾਲ ਸਿੰਘ ਨੂੰ ਜਿੰਨੇ ਪੈਸੇ ਉਹਨਾਂ ਨੇ ਬਤੌਰ ਕਮਿਸ਼ਨ ਤਨਖਾਹ ਦੀ ਸ਼ਕਲ ਸਿਕਿਉਰਿਟੀ ਦੀ ਸ਼ਕਲ ਗੱਡੀ ਮੋਟਰ ਦੇ ਤੇਲ ਦੀ ਸ਼ਕਲ ਵਿੱਚ ਉਹ ਸਾਰੇ ਪੈਸੇ ਵਾਪਸ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੇ ਚਾਹੀਦੇ ਕਿਉਂਕਿ ਇਟ ਵਾਜ਼ ਅ ਬੋਗਸ ਕਮਿਸ਼ਨ ਇਟ ਵਾਜ਼ ਅ ਕਵਰ ਅਪ ਕਮਿਸ਼ਨ ਲਾਈਕ ਦਾ ਉਹ ਕਿਹੜਾ ਸੀ ਜੀ ਜਸਟਿਸ ਜਿਹੜੇ ਵਰਗੇ ਬਾਅਦ ਵਿੱਚ ਜਿਹੜਾ ਮਾਈਨਿੰਗ ਵਾਲਾ ਸੀਗਾ ਯਾਦ ਹੈ ਕਿਸੇ ਨੂੰ ਨਾਰੰਗ ਜਸਟਿਸ ਨਾਰੰਗ ਕਮਿਸ਼ਨ ਜਸਟਿਸ ਜਿੰਦਲ ਕਮਿਸ਼ਨ ਕਮਿਸ਼ਨ ਆਫਟਰ ਕਮਿਸ਼ਨ ਬਟ ਦੇ ਆਰ ਵੇਸਟਿੰਗ ਪੀਪਲਸ ਮਨੀ ਸੋ ਇਹ ਜਿਹੜਾ ਸੀਗਾ ਪੈਸਾ ਉਹਨਾਂ ਨੂੰ ਵਾਪਸ ਦੇਣਾ ਚਾਹੀਦਾ ਵਾ ਔਰ ਸਾਡੀ ਮੰਗ ਆ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਇਹਨੂੰ ਤੁਹਾਡੇ ਜਿਹੜੇ ਇਹਨੂੰ ਹੋਰ ਫਰਦਰ ਕੰਪਲੀਕੇਟ ਨਾ ਕਰੋ ਇਹਨੂੰ ਹੋਰ ਫਰਦਰ ਡਿਲੇ ਨਾ ਕਰੋ ਤੇ ਦੋਸ਼ੀਆਂ ਨੂੰ ਫੜ ਕੇ ਚਾਹੇ ਉਹ ਤਾਕਤਵਰ ਪੁਲਿਸ ਆਫਿਸਰ ਨੇ ਤੇ ਚਾਹੇ ਉਹ ਕੋਈ ਪੋਲੀਟੀਸ਼ੀਅਨ ਨੇ ਭਾਵਾਂ ਉਹ ਸੁਖਬੀਰ ਆ ਤੇ ਭਾਵਾਂ ਉਹ ਪ੍ਰਕਾਸ਼ ਸਿੰਘ ਬਾਦਲ ਆ ਦੇ ਨੀਡ ਟੂ ਬੀ ਪੁੱਟ ਬਿਹਾਈਂਡ ਦਾ ਬਾਰਸ।